ਠੀਕ ਹੈ ਜੀ। ਤੋਂ ਮਤਲਬ ਕਿਤੇ ਜੇ 30-40% ਲੈਸ ਮਿਲਦੀ ਹੈ ਹੋਲਸੇਲ 'ਚ ਤਾਂ ਸਾਡੀ 50-60% ਹੁੰਦੀ ਹੈ। ਠੀਕ ਹੈ ਜੀ। ਕੀ ਬਣਾ ਸਕਦੇ ਰੁਪਏ 'ਚ ਹੋਲਸੇਲ ਪ੍ਰਾਈਜ਼ ਹੈ ਇਹਦਾ? ਪਾਣੀ 'ਚ ਪਾ ਲਓ, ਜਿੰਨੀ ਮਰਜ਼ੀ ਹੰਡਾ ਲਓ, ਠੀਕ ਹੈ, ਜੁੱਤੀ ਦਾ ਕੋਈ ਨਾ ਪਾ ਲਓ। ਇਹ 75 ਰੁਪਏ ਦਾ ਵਾ। ਡਾਲਰ ਦੇਖੋ ਕਿੰਨੇ ਸੋਹਣੇ ਆ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ 'ਚ। ਜਿੰਨੇ ਵੀ ਸੱਜਣ ਵਿਹਲੇ ਪਏ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ। ਤੇ ਅੱਜ ਆਪਾਂ ਪਹੁੰਚੇ ਆ ਹਰਮਨ ਟ੍ਰੇਡਰਸ ਵਾਲਿਆਂ ਕੋਲ ਇੱਕ ਵਾਰ ਫਿਰ ਤੋਂ। ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਕਰਕੇ ਗਏ ਸੀਗੇ, ਵੀਡੀਓ ਨੂੰ ਕਾਫੀ ਪਿਆਰ ਮਿਲਿਆ, ਪਰ ਉਹ ਕੁਝ ਰੀਜ਼ਨ ਕਰਕੇ ਡਿਲੀਟ ਹੋ ਗਈ। ਇਹਨਾਂ ਦਾ ਕੰਮ ਹੈਗਾ ਵਾ ਹੋਲਸੇਲ ਰੇਟ ਤੇ ਸ਼ੂਜ਼ ਸੇਲ ਕਰਦੇ ਆ, ਤੇ ਬਾਕੀ ਇਹਨਾਂ ਕੋਲ ਸਲੀਪਰ ਵਗੈਰਾ ਵੀ ਮਿਲ ਜਾਂਦੇ ਆ, ਉਹ ਆਪਾਂ ਉਹਦੀ ਵੀ ਗੱਲਬਾਤ ਕਰਾਂਗੇ। ਤੇ ਇਸ ਵਕਤ ਸਰਦਾਰ ਜੀ ਮੇਰੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਵੇਖਣ ਵਾਲਿਆਂ ਨੂੰ ਵੀ। ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਹਰਮਨ ਜੀ ਦਾ। ਅੱਜ ਤੋਂ 15-20 ਦਿਨ ਪਹਿਲਾਂ ਸਾਡੀ ਵੀਡੀਓ ਬਣਾ ਕੇ ਗਏ ਸੀ ਬਗੈਰ ਕਿਸੇ ਲਾਲਚ ਦੇ, ਤੇ ਪਰਮਾਤਮਾ ਨੇ ਬੜੀ ਕਿਰਪਾ ਕੀਤੀ। ਉਹ ਵੀਡੀਓ ਸਾਡੇ ਇਹੋ ਜਿਹੇ ਸ਼ਹਿਰ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਪਤਾ, ਉੱਥੋਂ ਵੀ ਫੋਨ ਆਏ। ਸਾਰਿਆਂ ਨੇ ਬਹੁਤ ਹੀ ਪਿਆਰ ਦਿੱਤਾ। ਸਾਡਾ ਮਨ ਸੀਗਾ ਕਿ ਜਦੋਂ ਵੀ ਹਰਮਨ ਜੀ ਆਉਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਮੂੰਹ ਮਿੱਠਾ ਕਰਾਵਾਂਗੇ ਆਪਾਂ। ਆਪਾਂ ਨੂੰ ਬਹੁਤ ਖੁਸ਼ੀ, ਧੰਨਵਾਦ ਜੀ, ਤੁਹਾਨੂੰ ਮਿੱਠਾ ਕਰਾਉ ਸਰ। ਤੇ ਦੂਜੀ ਗੱਲ ਮੈਂ ਦੱਸਾਂ ਸਾਰਿਆਂ ਨੂੰ, ਹੋਲਸੇਲ ਦਾ ਕੰਮ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ ਜੀ। ਸਭ ਤੋਂ ਜ਼ਿਆਦਾ ਗਾਹਕ ਸਾਡਾ 3 ਸਟੇਟਾਂ ਦਾ ਹੈ, ਪੰਜਾਬ ਦਾ, ਜੰਮੂ ਦਾ ਤੇ ਹਿਮਾਚਲ ਦਾ, ਠੀਕ ਹੈ ਜੀ। ਕੁਝ ਥੋੜ੍ਹੀ ਜਿਹੀ ਮੈਂ ਤੁਹਾਨੂੰ ਕਲੀਅਰ ਕਰਦਾ ਜਿਹੜੀ ਪਿਛਲੀ ਵੀਡੀਓ 'ਚ ਕਲੀਅਰ ਨਹੀਂ ਕਰ ਪਾਏ ਸੀ। ਇੱਕ ਤਾਂ ਨਾ ਜਦੋਂ ਕਸਟਮਰ ਆਉਂਦਾ ਤੇ ਉਹ ਪਹੁੰਚ ਜਾਂਦੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਬਿਲਕੁਲ ਸਹੀ ਗੱਲ ਹੈ, ਉੱਥੇ ਪਹੁੰਚ ਗਏ। ਉਸ ਤੋਂ ਬਾਅਦ ਉਹਨਾਂ ਨੂੰ ਜੇ ਦੁਕਾਨ ਲੱਭਣ 'ਚ ਦਿੱਕਤ ਆਉਂਦੀ ਹੈ ਤੇ ਮੈਂ ਸੌਖਾ ਕਰਦਾ, ਲੁਧਿਆਣੇ ਸ਼ਹਿਰ 'ਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਰੇਲਵੇ ਸਟੇਸ਼ਨ ਦੇ ਵੀ ਨੇੜੇ, ਬੱਸ ਅੱਡੇ ਦੇ ਵੀ ਨੇੜੇ। ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦੇ ਹਾਂ ਤੇ ਖੱਬੇ ਪਾਸੇ ਕਾਰ ਪਾਰਕਿੰਗ ਜਾਂ ਸਕੂਟਰ ਪਾਰਕਿੰਗ ਹੈ, ਤੇ ਉਧਰਲੇ ਪਾਸੇ ਇੱਕ ਛੋਟਾ ਗੇਟ ਹੈ ਜਿਹੜਾ ਬੈਕ ਸਾਈਡ ਵਾਲੇ ਇਲਾਕੇ ਨੂੰ ਲੱਗਦਾ। ਉਧਰੋਂ ਨਿਕਲ ਕੇ ਸੱਜੇ ਪਾਸੇ ਸਾਡੀ ਸ਼ੋਪ ਹੈ, ਯਾਨੀ ਮੋਟਾ ਮੋਟਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਬੈਕ ਸਾਈਡ ਵਾਲਾ। ਅਗਸਤ ਦਾ ਮਹੀਨਾ ਆ ਬਾਈ, ਹਨਾ ਗਾਹ ਹੁਣ ਸਰਦੀਆਂ ਹੋਣੀਆਂ ਨੇ, ਤੇ ਜਿਨ੍ਹਾਂ ਨੇ ਨਵਾਂ ਕਾਰੋਬਾਰ ਖੋਲ੍ਹਣਾ ਵਾ ਉਹਨਾਂ ਲਈ ਹੁਣ ਵਰਾਇਟੀ ਭਾਜੀ ਦਿਖਾਉਣਗੇ। ਤੇ ਵੀਡੀਓ ਨੂੰ ਯਾਰ ਲਾਸਟ ਤੱਕ ਦੇਖ ਲਿਓ, ਤੁਹਾਡਾ ਫਾਇਦਾ ਹੀ ਹੋਣਾ ਵਾ। ਜਿੰਨੀ ਜਾਣਕਾਰੀ ਤੁਸੀਂ ਦਓਗੇ ਓਨਾ ਹੀ ਤੁਹਾਨੂੰ ਫਾਇਦਾ ਵਾ, ਰੇਟ ਸਾਰੇ ਪਤਾ ਲੱਗ ਜੂਗੇ, ਫਿਰ ਹੀ ਤੁਸੀਂ ਪਹੁੰਚ ਕਰ ਸਕਦੇ ਹੋ ਨਾ ਜੀ। ਬਿਲਕੁਲ। ਤੇ ਚਲੋ ਆਪਾਂ ਹੁਣ ਵਰਾਇਟੀ ਦਿਖਾਉਂਦੇ ਦਿਖਾਓ ਜੀ। ਇਸ ਵਕਤ ਆਪਾਂ ਭਾਜੀ ਦੇ ਹੁਣ ਸਟੋਰ 'ਚ ਆ ਗਏ ਹਾਂ, ਤੇ ਹੁਣ ਭਾਜੀ ਨੇ ਵਰਾਇਟੀਆਂ ਵਿਖਾਉਣੀਆਂ ਨੇ, ਤੇ ਜਿਹੜੀਆਂ ਵਰਾਇਟੀਆਂ ਵਿਖਾਉਣੀਆਂ ਨੇ ਸਾਰੇ ਦੇਖਿਓ ਧਿਆਨ ਨਾਲ, ਤੇ ਰੇਟ ਰੂਟ ਸਾਰੇ ਆਪਣੇ ਨਿਗਾਹ 'ਚ ਕਰ ਲਿਓ ਦੋਸਤੋ, ਸਮਝਿਓ ਪਿਆਰ ਨਾਲ। ਡਬਲ ਸੋਲ ਜਿਹਨੂੰ ਆਪਾਂ ਕਹਿੰਦੇ ਹਾਂ, TPR ਕਹਿ ਲਓ, ਫਾਈਲੋਨ ਕਹਿ ਲਓ, ਬਹੁਤ ਵਧੀਆ ਮਟੀਰੀਅਲ ਜਿਹੜਾ ਫਲੈਕਸੀਬਲ ਹੁੰਦਾ। ਦੇਖੋ ਕਦੇ ਕਸਟਮਰ ਸੋਚਦਾ ਨਹੀਂ ਤਾਂ ਸੋ ਫਲੈਕਸੀਬਲ ਹੋਵੇ, ਜਿਮ 'ਚ ਜਾਣ ਲਈ, ਰਨਿੰਗ ਲਈ, ਜੋਗਿੰਗ ਲਈ, ਕਿਤੇ ਅੰਦਰ ਬਾਹਰ ਪਾਉਣ ਲਈ ਪੂਰਾ ਕੰਫਰਟੇਬਲ ਹੋਵੇ, ਫਲੈਟ ਸੋਲ ਹੈ। ਐਗਜੈਕਟ ਰੇਟ ਮੈਂ ਅੱਜ ਨਹੀਂ ਦੱਸ ਪਾਊਂਗਾ ਕਿਉਂਕਿ ਸਾਡੇ ਰਿਟੇਲਰ ਜਾਂ ਜਿਹੜੇ ਸੀਲ ਲਾਉਣ ਵਾਲੇ ਇਤਰਾਜ ਕਰਦੇ ਨੇ, ਠੀਕ ਹੈ, ਓਪਨ ਹੋ ਜਾਂਦੇ ਨੇ ਹੋਲਸੇਲ ਰੇਟ। ਮਤਲਬ ਇਹ ਤੁਸੀਂ 350 ਸੇਲ 'ਚ ਵੇਚ ਸਕਦੇ, ਠੀਕ ਹੈ। ਚੰਗਾ ਲੈ ਲਈ ਮੈਂ ਦੱਸ ਰਿਹਾ, ਜਿਹੜੇ ਰਿਟੇਲਰ ਭਰਾ ਨੇ ਜਾਂ ਸੇਲ ਲਾਉਂਦੇ ਨੇ ਜੀ, ਇਸ ਜੁੱਤੀ ਨੂੰ 350 ਰੁਪਏ 'ਚ ਵੇਚ ਸਕਦੇ ਆ ਜੀ। ਉਸ ਤੋਂ ਬਾਅਦ ਇੱਕ ਆਹ ਦੇਖੋ ਜੀ, ਚੀਜ਼ ਕਿੰਨੀ ਪਿਆਰੀ ਆਈ ਹੈ, 250 ਸੇਲ 'ਚ ਵਿਕੇਗੀ। 250 ਦੀ ਬੇਨਤੀ ਸੁਣਿਓ, ਐਗਜੈਕਟ ਰੇਟ ਮੈਂ ਨਹੀਂ ਦੱਸ ਪਾ ਰਿਹਾ, 250 ਸੇਲ 'ਚ ਵਿਕੂਗੀ, ਠੀਕ ਹੈ। ਫਲੈਕਸੀਬਲ ਜੁੱਤੀ, ਨਿਟਿੰਗ ਵਾਲਾ ਅੱਪਰ, ਆਹ ਦੇਖੋ ਜੀ ਜੀ, ਪੂਰੀ ਜੁੱਤੀ ਨੇ ਉਹੀ ਸਟਿਚਿੰਗ। ਮੈਂ ਤਾਂ ਜਿਹੜੇ ਵੀ ਮੇਰੇ ਮੈਨੂਫੈਕਚਰ ਵਧੀਆ ਨੇ ਸਾਰਿਆਂ ਨੂੰ ਸਲਾਹ ਦਿੰਦਾ ਕਿ ਸਾਰੇ ਆਪਣੇ ਅੰਦਰ ਪੈਕੇਜਿੰਗ ਮਸ਼ੀਨ ਰੱਖੋ ਜਾਂ ਹੱਥ ਨਾਲ ਸਿਲਾਈ ਜ਼ਰੂਰ ਕਰਾਇਆ ਕਰੋ, ਠੀਕ ਹੈ। ਘੱਟ ਰੇਟ ਵਾਲੀ ਜੁੱਤੀ ਦੇਖੋ, ਜਿਹੜੀ ਮਹਿੰਗੀ ਜੁੱਤੀ ਆ ਉਹਦਾ ਤਾਂ ਨੰਬਰ ਘੱਟ ਹੀ ਆਉਂਦਾ, ਪਰ ਜਿਵੇਂ ਆਮ 250 ਜਾਂ 350 ਵਿੱਚ ਗਾਹ ਤੋਂ ਡਰ ਹੁੰਦਾ ਕਿਤੇ ਪੇਸਟਿੰਗ ਨਾ ਪਈ ਜਾਵੇ, ਉਹਦਾ ਹੱਲ ਮੈਂ ਪਹਿਲਾਂ ਹੀ ਕਰਾਇਆ ਹੋਇਆ। ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਜਿਸ ਨੇ ਹੋਲਸੇਲ ਵਾਲੀ ਜੁੱਤੀ ਹੈ 250 ਚ ਵਿਕਣੀ ਹੈ, ਉਹਨੂੰ ਵੀ ਸਿਲਾਈ ਹੋਈ ਪਈ ਸੀ। ਆਹ ਵੀ ਜੁੱਤੀ ਦੇਖੋ, ਸਾਰੀ ਸਿਲਾਈ ਹੋਈ ਪਈ ਹੈ, ਪੂਰੀ ਕੰਫਰਟੇਬਲ ਹੈ,
ਜੀ ਹੋਣਾ ਕਿ ਜੁੱਤੀ ਪਾਈ ਹੋਈ ਹੈ ਕਿ ਜੁਰਾਬ, ਪੂਰਾ ਜੁਰਾਬ ਵਾਲਾ ਡਿਜ਼ਾਇਨ। ਸਹੀ ਗੱਲ। ਉਸ ਤੋਂ ਬਾਅਦ ਹੋਰ ਕਲਰਫੁਲ, ਆ ਦੇਖੋ ਕੋਲੰਬਸ ਦਾ ਕਿੱਡਾ ਪਿਆਰਾ ਕਲਰ ਹੈ, ਪਾਇਆ ਵੀ ਐਂ ਲੱਗੂ ਬੰਦਾ ਜਿਵੇਂ ਹਾਈ ਐਂਟਰੀ ਸਿੱਧਾ ਏਅਰਪੋਰਟ ਤੋਂ ਆਇਆ ਹੋਵੇ, ਐਡਾ ਫਾਈਨ ਕਲਰ ਹੈ ਜੀ ਜੀ ਜਿਵੇਂ ਬਾਹਰ ਜੁੱਤੀ ਖਰੀਦੀ ਹੋਵੇ ਕਿਸੇ ਨਾਲ। ਸੋਲ ਦੇਖੋ ਕਿੱਡਾ ਪਿਆਰਾ ਹੈ। ਠੀਕ ਹੈ ਜੀ। ਸਾਰੀ ਆਈਟਮਾਂ ਤੁਸੀਂ ਸੇਲ 'ਚ ਵੀ ਵੇਚ ਸਕਦੇ ਹੋ, ਤੁਹਾਡੇ ਤੇਲ ਦੀ ਦੁਕਾਨ ਹੈ ਉੱਥੇ ਵੀ ਵੇਚ ਸਕਦੇ ਹੋ, ਕਹਿਣ ਦਾ ਭਾਵ ਹੈ ਜਿੰਨੀ ਵੀ ਵਧੀਆ ਤੋਂ ਵਧੀਆ ਜੈਕ ਵਰਾਇਟੀ ਹੋ ਸਕਦੀ ਹੈ ਸਾਰੀ। ਆ ਦੇਖੋ ਫੁੱਲ ਵਾਈਟ ਸਨੀਕਰਸ, ਠੀਕ ਹੈ ਨਾ, ਫੁੱਲ ਵਾਈਟ ਸਨੀਕਰ। ਤਾਂ ਤੁਸੀਂ ਪਿਛਲੀ ਵਾਰ ਵੀਡੀਓ 'ਚ ਦਿਖਾਏ ਸੀਗੇ ਥੋੜੇ ਮਤਲਬ 75 ਰੇਂਜ 'ਚ, ਉਹ ਉਦਾਂ ਦੇ ਕੁਝ ਆਰਟੀਕਲ ਅੱਜ ਵੀ ਹੈ ਜੀ ਜੈਮ ਮੰਗਾਨਾ 2 ਮਿੰਟ, ਉਹ ਵੀ ਥੋੜੇ ਘਣੇ ਹੋ ਗਏ ਜੀ। ਹੁਣ ਨੈਕਸਟ ਆਰਟੀਕਲ ਭਾਜੀ ਦਿਖਾਉਣਗੇ। ਹਾਂ ਦੋਸਤੋ, ਜਿਹੜੀ ਆਪਾਂ ਗੱਲ ਕਰਦੇ ਸੀ 80 ਰੁਪਏ ਓਨਲੀ, 80 ਯਾਨੀ 80। ਆ ਦੇਖੋ ਜੀ। ਅੱਛਾ, ਇਹ 80 ਰੁਪਏ ਦੇ ਹਾਂਜੀ ਰੇਂਜ 'ਚ ਹੋਣ। ਬਿਲਕੁਲ, ਮੈਟੀ ਦਾ ਕੱਪੜਾ ਲੱਗਾ ਜੀ, ਰਬੜ ਸੋਲ ਹੈ ਪਿਓਰ, ਜਿੱਦਾਂ ਮਰਜ਼ੀ ਜੁੱਤੀ ਨੂੰ ਫਲੈਕਸੀਬਲ ਕੱਪ ਲਓ ਯਾਰ, ਤੁਹਾਡੇ ਸਾਹਮਣੇ ਭਾਜੀ ਕਰਕੇ ਵਿਖਾ ਰਹੇ ਆ। ਠੀਕ ਹੈ ਜੀ, ਕੀ ਬਣਾ 80 ਰੁਪਏ 'ਚ ਹੋਲਸੇਲ ਪ੍ਰਾਈਸ ਹੈ, ਇਹਦਾ ਪਾਣੀ 'ਚ ਪਾ ਲਓ, ਜਿੰਨੀ ਮਰਜ਼ੀ ਹੰਡਾ ਲਓ, ਠੀਕ ਹੈ, ਜੁੱਤੀ ਦਾ ਕੋਈ ਨਾ ਪ੍ਰਾਈਸ। ਚਲੋ ਇਹਦੀ ਤਾਂ 3 ਬਲੈਕ ਕਲਰ ਹੋ ਗਿਆ ਜੀ, ਗ੍ਰੇ ਕਲਰ ਹੋ ਗਿਆ ਅਤੇ ਇੱਕ 10 ਕਲਰ ਆਰਕੀਟੈਕਟ ਫਨ, ਦੋ ਕਲਰ ਨਹੀਂ, ਠੀਕ ਹੈ ਨਾ, 10 ਕਲਰ ਵੀ ਹੈ ਆਦਿ ਲਓ ਜੀ ਭਾਜੀ। 80 ਰੁਪਏ ਆਵੇ ਦਾ ਹੈ ਓਨਲੀ 80 ਹੋਲਸੇਲ ਪ੍ਰਾਈਸ ਹੈ। ਜੇ ਹੁਣ ਮੰਨ ਲਓ ਕੋਈ ਕਈ ਹੁੰਦੇ ਕਹਿੰਦੇ ਵੀ ਵਿੱਚ ਲਿਖਿਆ ਹੁੰਦਾ ਵੀ ਯਾਰ ਇਹ ਤਾਂ ਵੀਡੀਓ 'ਚ ਹੀ ਰੇਟ ਹੁੰਦੇ, ਜਦੋਂ ਆਪਾਂ ਦੁਕਾਨ 'ਤੇ ਪਹੁੰਚ ਕਰਦੇ ਹਾਂ ਉਦੋਂ ਰੇਟ ਬਦਲ ਜਾਂਦੇ ਆ। ਸਰ ਮੈਂ ਪਿਛਲੀ ਵਾਰੀ ਤੁਹਾਡੇ ਵੀਡੀਓ 'ਚ 75 ਰੁਪਏ ਦੀ ਜੁੱਤੀ ਪਾਈ ਸੀ, ਅੱਜ ਵੀ ਮਾਲ ਵੇਚ ਰਹੇ ਹਾਂ, ਅੱਜ ਵੀ ਆਹ ਦੇਖ ਸਕਦੇ ਹੋ ਕਿਦਾਂ ਪਿਆ ਰਿਹਾ ਜੀ 75। ਆਹ ਤਾਂ ਉਸ ਤੋਂ ਬਾਅਦ ਅੱਜ ਇੱਕ ਨਵੀਂ ਚੀਜ਼ ਵਿਖਾਈ, ਵਾਈਟ ਜੋੜੀ ਆ ਬਾਈ, ਇੱਕ ਵਾਰ ਘੁਮਾ ਦਿਓ ਇਹਨੂੰ, ਦੋ ਆ ਲਓ, ਇਹ 75 ਰੁਪਏ ਦਾ ਵਾ ਤੇ 100 ਤੋਂ ਘੱਟ ਮੈਨੂੰ ਚੱਪਲ ਨਹੀਂ ਹੈਗੀ। 100 ਰੁਪਏ 'ਚ ਤੁਹਾਨੂੰ ਬੂਟ ਦੱਸਿਆ ਸੀਗਾ, ਐਤਕੀ ਕਮਾਲ ਦੇਖ ਲਓ, 80 ਰੁਪਏ 'ਚ ਵੀ ਦੇ ਰਿਹਾ। ਫਿਰ ਇੱਕ ਤੁਹਾਨੂੰ ਹੋਰ ਚੀਜ਼ ਦੱਸਦਾ ਜੀ, ਆਹ ਸਿਰਫ 150 ਰੁਪਏ ਹੋਲਸੇਲ ਹੈ ਤੇ ਹਰਮਨ ਜੀ ਤੁਹਾਨੂੰ ਜੁੱਤੀ ਪਵਾ ਕੇ ਤੋਰਾਂਗੇ ਅੱਜ। ਬਸ ਇਹ ਸਾਡੇ ਵੱਲੋਂ ਤੁਹਾਨੂੰ ਗਿਫਟ ਹੈ, ਤੁਸੀਂ ਜਿਹੜੇ ਪਿਆਰ ਤੇ ਮਾਨ ਸਲਾਉਂਦੇ ਹੋ ਤੇ ਤੁਹਾਡੇ ਵੀਡੀਓ ਦੇਖ ਕੇ ਬੜੀ ਪਬਲਿਕ ਨੇ ਪਿਆਰ ਦਿੱਤਾ ਜੀ, ਮਤਲਬ ਦੂਰੋਂ ਦੂਰੋਂ ਸਾਰੇ ਆਏ, ਆ ਕੇ ਮਿਲੇ, ਫੋਨ ਵੀ ਆਉਂਦੇ ਨੇ, ਮਾਲ ਵੀ ਲੈ ਕੇ ਜਾ ਰਹੇ ਨੇ, ਸਾਡਾ ਵੀ ਭਲਾ ਹੋ ਰਿਹਾ, ਲੋਕਾਂ ਦਾ ਵੀ ਹੋ ਰਿਹਾ, ਹਰ ਭਲਾ ਹੋ ਭਲਾ, ਮਤਲਬ ਸਭ ਦਾ ਭਲਾ ਹੋ ਰਿਹਾ, ਰਲ ਮਿਲ ਕੇ ਸਾਰੇ ਆਪਾਂ ਕਮਾਈਏ ਤੇ ਹਰ ਇੱਕ ਬੰਦਾ ਖੁਸ਼ ਹੋਵੇਗਾ। ਉਸ ਤੋਂ ਬਾਅਦ ਮੈਂ ਹੋਰ ਦੱਸਦਾ ਤੁਹਾਨੂੰ, ਆਹ ਦੇਖੋ ਬਈ ਵਰਾਇਟੀ, ਕਲਰ ਦੇਖੋ ਕਿੰਨੇ ਸੋਹਣੇ ਆ, ਚੀਜ਼ਾਂ ਦੁਕਾਨਾਂ ਦੇ ਵਿਕਣ ਲਈ ਥੋੜੀ ਜਿਹੀ ਕੋਸਟਲੀ ਰੇਂਜ 'ਚ ਚਲੀ ਜਾਂਦੀ ਹੈ ਜੀ, ਸੇਲਾਂ 'ਚ ਇੰਨੀ ਮਹਿੰਗੀ ਵਰਾਇਟੀ ਨਹੀਂ ਵਿਕ ਪਾ ਸਕਦੀ। ਉਸ ਤੋਂ ਬਾਅਦ ਸਪਾਰਕਸ ਦਾ ਦਿਖਾਉਂਦਾ ਮੈਂ ਤੁਹਾਨੂੰ, 1649 MRP ਵਾਲੇ ਮਾਲ ਨੇ, ਠੀਕ ਹੈ, ਉਸ ਦੀ ਸਟੇਬਲ ਰੇਟ 'ਚ ਮਿਲ ਜਾਣਗੇ, ਇਹਦੇ 'ਚ ਵੀ 5-6 ਡਿਜ਼ਾਈਨ ਆ ਚੁੱਕੇ ਨੇ ਭਾਜੀ। ਤੁਹਾਡੇ ਨਾ ਕਈ ਰਿਵਿਊਰਾਂ ਦੀ ਉਹ ਹੁੰਦੀ ਆ, ਮਤਲਬ ਦੋ ਚੀਤੀ ਚ ਹੁੰਦੇ ਆ, ਇਹ ਮਤਲਬ ਫਸਟ ਕਾਪੀ ਹੁੰਦੀ ਹੈ ਜਾਂ ਕਿਵੇਂ ਹੁੰਦਾ ਇਹ ਸਿਸਟਮ? ਮੈਂ ਤੁਹਾਨੂੰ ਦੱਸ ਦਵਾਂ, ਫਸਟ ਕਾਪੀ ਚਾਹੇ ਇੰਡੀਆ ਦਾ ਹੋਵੇ ਚਾਹੇ ਹਿੰਦੁਸਤਾਨ ਤੋਂ ਬਾਹਰ ਦਾ ਕੋਈ ਬ੍ਰਾਂਡ ਹੋਵੇ, ਜੀ ਆਪਾਂ ਨਹੀਂ ਵੇਚਦੇ, ਠੀਕ ਹੈ, ਮੈਂ ਕਲੀਅਰ ਕਰ ਰਿਹਾ। ਲੋਕ ਦਾਅਵੇ ਨਾਲ ਕਹਿੰਦੇ ਨੇ ਕਿ ਮੈਂ ਫਸਟ ਕਾਪੀ ਵੇਚਦਾ, ਅੱਛਾ ਵੀਡੀਓ 'ਚ ਆਪਾਂ ਦੇਖਦੇ ਹਾਂ, ਪਰ ਆਹ ਦੇਖੋ ਹਰਮਨ ਟ੍ਰੇਡਰਸ ਤੇ ਤੁਹਾਨੂੰ ਕੋਈ ਕਾਪੀ ਨਹੀਂ ਮਿਲੂ। ਓਕੇ, ਸਾਡੇ ਕੋਲ ਇਨਕੁਆਇਰੀ ਆਉਂਦੀ ਹੈ ਕਿ ਤੁਹਾਡੇ ਕੋਲ ਨਾਇਕੀ ਹੈ, ਰਿਬੋਕ ਹੈ, ਐਡੀਡਾਸ ਹੈ, ਮੈਂ ਕਿਹਾ ਨਹੀਂ ਭਰਾਵੋ ਤਾਂ 20,000 ਦੇ ਨੇ ਤੇ ਨਾ ਸਾਡੇ ਕਦੀ ਇਹਨਾਂ ਨੇ ਨਾ ਆਪਾਂ ਹੁੰਦਾ ਸੀ ਕਾਪੀਆਂ ਵੇਚੀਆਂ। ਓਕੇ, ਕਿਸੇ ਵੀ ਗਾਹਕ ਨੇ ਦੂਰੋਂ ਨੇੜੇ ਆਉਣਾ ਹੋਵੇ ਉਹਨੂੰ ਫੋਨ ਤੇ ਪੁੱਛਣ ਦੀ ਵੀ ਲੋੜ ਨਹੀਂ, ਕਿਉਂਕਿ ਆਪਾਂ ਕਾਪੀਆਂ ਦਾ ਕੰਮ ਕਰਦੀ ਨਹੀਂ ਜੀ, ਸਾਡਾ ਇੰਡੀਅਨ ਬ੍ਰਾਂਡ ਦਾ ਕੰਮ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ, ਸਾਰੀ ਇੰਡੀਆ ਦੀ ਚੰਗੀ ਕੰਪਨੀਆਂ ਜਿਨ੍ਹਾਂ ਦਾ MRP ਬੇਸ ਕਮਾਲ ਹੁੰਦਾ, ਉਹਨਾਂ ਦਾ ਮਾਲ ਆਪਾਂ ਸਕੀਮ 'ਚ ਵੇਚਦੇ ਹਾਂ, ਠੀਕ ਹੈ। ਸਕੀਮ ਤੋਂ ਮਤਲਬ ਕਿਤੇ ਜੇ 30-40% ਲੈਸ ਮਿਲਦੀ ਹੈ ਹੋਲਸੇਲ 'ਚ ਤਾਂ ਸਾਡੀ 50-60% ਹੁੰਦੀ ਹੈ, ਕਿਉਂਕਿ ਆਪੋ ਕੰਪਨੀ ਤੋਂ ਸਿਲੈਕਟਿਡ ਆਰਟੀਕਲ ਬਣਵਾ ਲੈਂਦੇ ਨੇ ਜਿਨ੍ਹਾਂ ਦਾ ਬਣਵਾ ਲੈਂਦੇ ਹਾਂ, ਜਿਨ੍ਹਾਂ ਦਾ ਰੇਟ ਰੀਜ਼ਨੇਬਲ ਹੋਵੇ ਜੀ। ਫਿਰ ਤੀਜੀ ਵਾਰੀ ਦੱਸ ਰਿਹਾ, ਕਾਪੀ ਵਾਲਾ ਸਾਡੀ ਦੁਕਾਨ 'ਤੇ ਕੋਈ ਕੰਮ, ਕਮੈਂਟਾਂ ਦੇ ਵਿੱਚ ਕਹਿ ਦਿੰਦੇ ਵੀ ਇਹ ਇੱਦਾਂ ਕਾਪੀ ਆ ਜਾਏ, ਕਾਪੀ ਦਾ ਕੰਮ ਹੈ, ਸਪਾਰਕਸ ਦੀ ਮੈਂ ਹੋਰ ਆਰਟੀਕਲ ਦਿਖਾ ਰਿਹਾ ਸੀ, ਯਾਨੀ ਕਹਿਣ ਦਾ ਪਾਓ
ਦੇਖਣ ਨੂੰ ਤਾਂ ਚਾਹੇ ਆਪਾਂ 500 ਪੈਰ ਦੇਖ ਲਈਏ, 400 ਵੇਖ ਲਈਏ, 300 ਡਿਜ਼ਾਇਨ ਦੇਖ ਲਈਏ, ਪਰ ਜਿੰਨਾ ਕੋ ਬਜਟ ਹੁੰਦਾ ਹਰ ਇੱਕ ਬੰਦੇ ਦਾ ਮਾਲ ਲੈ ਲਈ, ਜਿੰਨਾ ਕੋ ਮਾਲ 10-25 ਡਿਜ਼ਾਇਨਾਂ ਨਾਲ ਵੀ ਉਹਦੀ ਕੈਰਿਟੀ ਬਣ ਜਾਂਦੀ ਹੈ, ਠੀਕ ਹੈ, ਵੀ ਚੱਲ ਜਾਂਦਾ। ਅਤੇ ਮੈਂ ਜਿਹੜੀ ਗੱਲ ਦੱਸਦਾ, ਮਾਲ ਤੋਂ ਜ਼ਿਆਦਾ ਉਹਦੀ ਕਿਰਪਾ ਚਾਹੀਦੀ, ਜਿਹੜੀ ਮੇਨ ਸਭ ਤੋਂ ਵੱਡੀ ਗੱਲ। ਆਪਾਂ ਬਹੁਤ ਵਧੀਆ ਮੁਲਕ 'ਚ ਰਹਿੰਦੇ ਹਾਂ, ਉਸ ਤੋਂ ਬਾਅਦ ਬਹੁਤ ਵਧੀਆ ਸਾਡੀ ਸਟੇਟ ਅਤੇ ਬਹੁਤ ਵਧੀਆ ਸ਼ਹਿਰ, ਰੱਬ ਨੂੰ ਸਾਰੇ ਆਪਾਂ ਵੀ ਮੰਨਣ ਵਾਲੇ ਹਾਂ ਅਤੇ ਤੁਸੀਂ ਵੀ ਸਾਰੇ ਮੰਨਦੇ ਹੋ, ਜਿਹੜਾ ਵੀ ਜਿਸ ਤਰ੍ਹਾਂ ਉਹਨੂੰ ਮੰਨਦਾ। ਮੈਂ ਕਿਹਾ ਜਦੋਂ ਵੀ ਸੇਲ ਲਾਉਂਦੇ ਹੋ ਜਾਂ ਦੁਕਾਨ 'ਤੇ ਜਾ ਕੇ ਬੈਠਦੇ ਹੋ ਜਾਂ ਜਿਹੜਾ ਵੀ ਕੰਮ ਆਪਣਾ ਸ਼ੁਰੂ ਕਰਦੇ ਹੋ ਨਾ, ਮੈਂ ਫਿਰ ਦੂਜੀ ਵਾਰੀ ਦੱਸ ਰਿਹਾ, ਇੱਕ 60 ਸੈਕਿੰਡ ਯਾਦ ਕਰ ਲਿਓ, ਜਿਹੜਾ ਵੀ ਸਿਮਰਨ ਤੁਸੀਂ ਕਰ ਸਕਦੇ ਹੋ, ਜਿਹੜਾ ਵੀ ਤੁਹਾਡੇ ਧਰਮ 'ਚ ਮਤਲਬ ਜਾਇਜ਼ ਹੈ, ਜਿਹੜਾ ਵੀ ਆਪਣੀ ਮਰਿਆਦਾ ਰੱਖਦਾ ਹਰ ਧਰਮ 'ਚ, ਬਿਲਕੁਲ ਬਿਲਕੁਲ। ਫਿਰ ਦੇਖੋ ਕਿਰਪਾ ਤੇ ਉਹ ਹੈ, ਜੁੱਤੀਆਂ ਚੱਪਲੇ ਤਾਂ ਬਸ ਕਹਿੰਦੇ ਹੀ ਨੇ, ਤਾਂ ਕਿਰਪਾ ਚ ਜੀ। ਆਲਰੇਡੀ ਜਿਹੜੀ ਦੁਕਾਨਾਂ ਚੱਲ ਰਹੀਆਂ ਸਾਰਿਆਂ ਨੂੰ ਸਾਡਾ ਮਾਲ ਜਾਣਦੇ ਹੀ, ਅੱਜ ਤੇ ਆਪਾਂ ਕੰਮ ਸ਼ੁਰੂ ਕੀਤਾ ਨਹੀਂ, ਬਹੁਤ ਪੁਰਾਣਾ ਹੋਲਸੇਲ ਦਾ ਕੰਮ ਕਰ ਰਹੇ ਹਾਂ ਜੀ। ਆਫਲਾਈਨ ਸਾਡਾ ਸਾਰਿਆਂ ਨਾਲ ਬਹੁਤ ਕੰਮ ਹੈਗਾ, ਲੋਕਲ ਲੁਧਿਆਣੇ ਵੀ, ਬਾਹਰਲੀ ਸਟੇਟਾਂ 'ਚ ਵੀ, ਜਦ ਹੀ ਆਪਾਂ ਯੂਟਿਊਬ ਤੋਂ ਤੁਹਾਡੇ ਰੂਬਰੂ ਹੋਏ ਹਾਂ ਸਾਰਿਆਂ ਦੇ, ਹੋਰ ਆਨਲਾਈਨ ਵੀ ਕਸਟਮਰ ਵੱਧ ਗਏ ਨੇ ਸਾਡੇ, ਕਈ ਵਾਰੀ ਤਾਂ ਇਹ ਹਾਲ ਹੋ ਜਾਂਦਾ ਕਿ ਭੇਜਣਾ ਵੀ ਮਾਲ ਔਖਾ ਹੋ ਜਾਂਦਾ, ਕਈ ਵਾਰੀ ਆਰਡਰ ਗਾਹਕ ਲਿਖਾਉਣਾ ਚਾਹੁੰਦਾ ਪਰ ਗੱਲ ਨਹੀਂ ਹੋ ਪਾਉਂਦੀ। ਸਾਡੀ ਬੇਨਤੀ ਇਹੀ ਹੈ ਕਿ ਜਿਹੜੇ ਇੱਥੇ ਆਉਂਦੇ ਨੇ ਇੱਕ ਵਾਰੀ ਮਿਲੋ, ਦੇਖੋ ਵਰਾਇਟੀ ਲੈ ਕੇ ਜਾਓ, ਉਸ ਤੋਂ ਬਾਅਦ ਸਾਡੇ ਲਈ ਵੀ ਗੱਲ ਕਰਨਾ ਸੌਖਾ ਹੈ, ਉਹਨਾਂ ਲਈ ਵੀ ਮਾਲ ਬਣਾਉਣਾ ਸੌਖਾ ਹੈ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿਹੜੀ ਵਰਾਇਟੀ ਆ ਜੀ। ਇਸ ਤੋਂ ਅਗਲੀ ਵਰਾਇਟੀ ਕੀ ਵਿਖਾ ਰਿਹਾ ਜੀ ਹੁਣ? ਇਸ ਤੋਂ ਅਗਲੀ ਵਰਾਇਟੀ ਮੈਂ ਤੁਹਾਨੂੰ ਦੱਸਿਆ ਨਾ, ਸਾਰੇ ਫਿਰ ਪਲੱਸਾਂ ਦੀ ਰੇਟ ਚੱਲੀ ਦਾ ਭਾਵ ਇੱਦਾਂ ਆ, ਭਾਜੀ ਹੁਣੀ ਦੱਸਦੇ ਪਏ ਸੀ, ਹੁਣ ਮੈਨੂੰ ਦਿਖਾ ਰਹੇ ਸੀਗੇ ਵੀ ਇਹਨਾਂ ਦੇ ਵਟਸਐਪ ਤੇ ਡੇਲੀ ਘੱਟੋ ਘੱਟ 50 ਮੈਸੇਜ ਆਉਂਦੇ ਹੀ ਆਉਂਦੇ ਸੀ, ਅੱਜ ਵੀ ਆਉਂਦੇ ਨੇ। ਤੇ ਮੈਂ ਕਲੀਅਰ ਕਰ ਦਵਾਂ, ਵਟਸਐਪ ਦਿਨ ਰਾਤ ਜਿਸ ਟਾਈਮ ਮਰਜ਼ੀ ਪਾਓ, ਕੋਈ ਦਿੱਕਤ ਨਹੀਂ, ਰਿਪਲਾਈ ਮਿਲੂਗਾ 1-2-4 ਘੰਟੇ 'ਚ। ਤੇ ਦਿੱਕਤ ਕੀ ਆ ਜਾਂਦੀ ਹੈ? ਜਦੋਂ ਫੋਨ ਕਾਲਸ ਬਹੁਤ ਜ਼ਿਆਦਾ ਆ ਜਾਣ, ਆਉਣ ਸਾਡੇ ਲਈ ਖੁਸ਼ੀਆਂ ਦੀ ਗੱਲ ਹੈ, ਪਰ ਦੇਖੋ ਸਾਡਾ ਆਫਲਾਈਨ ਵੀ ਦੁਕਾਨ 'ਤੇ ਕੰਮ ਚੱਲਦਾ, ਮਾਲ ਆਉਣਾ ਵੀ ਹੈ, ਜਾਣਾ ਵੀ ਹੈ, ਪੈਕਿੰਗ ਵੀ ਹੈ, ਪੇਮੈਂਟਾਂ ਵੀ ਹੈ, ਸਾਰੇ ਕੰਮ ਆਪਾਂ ਆਲਰੇਡੀ ਕਰ ਰਹੇ ਸੀਗੇ, ਚੰਗੀ ਗੱਲ ਹੈ, ਹੋਰ ਕਸਟਮਰ ਸਾਡੇ ਵੱਧ ਗਏ। ਤਾਂ ਬੇਨਤੀ ਹੈ, ਜੇ ਫੋਨ 'ਤੇ ਗੱਲ ਕਰਨੀ ਹੋਵੇ ਤੇ ਮੈਂ ਕਹਿੰਦਾ ਸੁਟੇਬਲ ਟਾਈਮ ਰਾਤ ਨੂੰ 10 ਵਜੇ, ਜਿਵੇਂ ਆਪਾਂ ਫ੍ਰੀ ਹੋ ਜਾਂਦੇ ਹਾਂ ਟੀਵੀ ਦੇ ਅੱਗੇ ਹੁੰਦੇ ਹਾਂ 10-11, ਤੇ ਉਸ ਟਾਈਮ ਤੇ ਫੋਨ ਕਰੋ ਤੇ ਗੱਲ ਕਰੋ, ਮੈਂ ਹਾਜ਼ਰ ਹਾਂ। ਸਾਰੀ ਦਿਹਾੜੀ ਗੱਲ ਕਰਨਾ ਸਾਡੇ ਲਈ ਵੀ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ ਨਵੇਂ ਕਸਟਮਰਸ ਲਈ। ਜਿਹੜਾ ਮੈਂ ਨੰਬਰ ਦਿੱਤਾ ਹੋਇਆ ਸਾਡੀ ਦੁਕਾਨ ਦਾ ਹੈ, ਉਸ ਤੋਂ ਬਾਅਦ ਮੇਰੇ ਕੋਲ ਪਰਸਨਲ ਨੰਬਰ ਵੀ ਹੈ, ਜਦੋਂ ਕੋਈ ਇੱਥੇ ਆਉਂਦਾ ਉਹ ਮੇਰਾ ਪਰਸਨਲ ਨੰਬਰ ਲੈ ਗਿਆ, ਜਦੋਂ ਪਤਾ ਲੱਗ ਗਿਆ ਮਾਲ ਆਉਣ ਦਾ ਜਾਣ ਦਾ, ਜਿੰਨੇ ਮਰਜ਼ੀ ਗੱਲ ਕਰੇ, ਜਿੰਨੇ ਵੀ ਮਾਲ ਲੈਣ ਆਉਣਾ ਮੰਡੇ ਨਾਲ ਆਇਓ, ਮੰਡੇ ਸਾਡੀ ਛੁੱਟੀ ਹੁੰਦੀ ਹੈ। ਉਹ ਵੀ ਸਾਡੇ ਤੋਂ ਗਲਤੀ ਹੋਈ ਪਿਛਲੀ ਵੀਡੀਓ 'ਚ ਕਿ ਕਈ ਕਸਟਮਰ ਸਾਡੇ ਮੰਡੇ ਨੂੰ ਆਏ, ਠੀਕ, ਉਹਦੇ ਕਰਕੇ ਅਗਲੇ ਨੂੰ ਆ ਕੇ ਇੱਥੇ ਮਿਲ ਨਹੀਂ ਸਕੇ ਆਪਾਂ, ਤੇ ਅਗਲੇ ਦਾ ਵੀ ਮਨ ਦੁੱਖਿਆ ਤੇ ਆਪਾਂ ਨੂੰ ਵੀ ਮਹਿਸੂਸ ਹੋਇਆ। ਦੇਖੋ ਆਪਾਂ ਪਿਛਲੀ ਵੀਡੀਓ 'ਚ ਕਿਹਾ ਸੀ ਜੇ ਕੋਈ ਮਾਨ ਨਾਲ ਆਉਂਦਾ ਵੀਡੀਓ ਦੇਖ ਕੇ ਤੇ ਡਿਟੇਲ 'ਚ ਵੀ ਥੋੜ੍ਹਾ ਦੇਵਾਂਗੇ ਜੀ, ਅੱਜ ਵੀ ਹਾਜ਼ਰ ਹਾਂ, ਅੱਜ ਵੀ ਦੇਵਾਂਗੇ, ਪਰ ਜੇ ਕੋਈ ਫੋਨ 'ਤੇ ਮੰਗਾਉਣਾ ਚਾਹੁੰਦਾ ਉਹ ਸਾਡੇ ਲਈ ਥੋੜ੍ਹਾ ਔਖਾ ਹੈ, ਇੱਕ ਪੀਸ, ਹਾਂ ਇੱਕ ਪੀਸ ਜਾਂ 2 ਪੀਸ, ਕਿਉਂਕਿ ਸਾਡੇ ਕੋਲ ਨਾ ਕੋਰੀਅਰ ਵਾਲਾ ਕੰਮ ਹੈ ਨਹੀਂ, ਸਾਡਾ ਮਾਲ ਜਿੰਨਾ ਵੀ ਜਾਂਦਾ ਸਭ ਟਰਾਂਸਪੋਰਟਾਂ ਰਾਹੀਂ ਜਾਂਦਾ, ਉਹ ਵੱਡੇ ਨਗ ਬਣਦੇ ਨੇ, ਉੱਥੇ 1-2 ਪੀਸ ਦੀ ਫੈਸਿਲਿਟੀ, ਸਿੰਗਲ ਪੀਸ ਨਹੀਂ, ਘੱਟੋ ਘੱਟ ਅਮਾਊਂਟ ਵੀ ਥੋੜ੍ਹੀ ਜ਼ਿਆਦਾ ਹੋਵੇ, ਕਿਉਂਕਿ ਭਾਜੀ ਵੀ ਖੁਸ਼ ਹੋਣ ਵੀ ਥੋੜ੍ਹਾ ਜਿਹਾ, ਆਪਾਂ ਖੁਸ਼ ਹਾਂ ਮਹਾਰਾਜ, ਤੁਹਾਡਾ ਗਾਹਕ ਆ ਕੇ 100 ਰੁਪਏ ਦਾ ਵੀ ਮਾਲ ਲਵੇ ਜੀ, ਮਹਾਰਾਜ ਜਾਣ ਤਾਂ ਕਿਸੇ ਨੂੰ ਸੁੱਕੇ ਮੂੰਹ ਜਾਣ ਨਹੀਂ ਦਿੱਤਾ, ਆਦੇ ਚਾਹੇ ਪਾਣੀ ਪੁੱਛਿਆ ਤੇ ਪਿਆਇਆ, ਉਸ ਤੋਂ ਬਾਅਦ ਜੇ ਚਾਹ ਠੰਡਾ ਜੋ ਅਗਲੇ ਨੇ ਸਾਡੀ ਸੇਵਾ ਲਈ, ਜਿੰਨੇ ਕੋਈ ਜੋਗੇ ਸੀਗੇ ਆਪਾਂ ਕੀਤੀ ਸੀ। ਆਰਟੀਕਲ ਭਾਈ ਕਹਿੰਦੇ ਦਿਖਾਉਣਾ ਆ, ਤੇ ਇਹਦੀ ਮੈਂ ਗੱਲ ਕਰਦਾ ਸੀਗਾ ਪਿਓਰ ਲੈਦਰ ਜੀ, ਪਿਓਰ ਸੋਲ ਰਬੜਾਈਜ਼, ਬੈਸਟ ਸੋਲ ਜਿਹੜਾ ਕੁਆਲਿਟੀ ਮਟੀਰੀਅਲ ਹੋ ਸਕਦਾ, ਉਸ ਤੋਂ ਬਾਅਦ ਪੂਰੀ ਜੁੱਤੀ 'ਚ ਸਿਲਾਈ, ਚਾਹੇ ਆਰਮੀ ਵਾਲੇ ਪਾ ਲਓ, ਚਾਹੇ ਪੰਜਾਬ ਪੁਲਿਸ ਪਾ ਲਵੇ, ਚਾਹੇ ਸਿਵਿਲੀਅਨ ਪਾ ਲਵੇ, ਜਿੰਨਾ ਮਰਦੇ ਹੰਢਾ ਲਵੇ, ਸਹੀ ਗੱਲ ਆ, ਪਾਉ ਨਜ਼ਾਰੇ ਲਓ, ਠੀਕ ਹੈ, ਨਾਮ ਦੱਸ ਦਿੱਤੀ ਹੈ।
ਤੇ ਇਹ ਜੁੱਤੀ ਦਾ ਪ੍ਰਾਈਸ MRP ਕੀ ਰੇਟ ਹੈ ਜੀ? ਪ੍ਰਾਈਸ ਤਾਂ ਹੋਲਸੇਲ 600 ਰੁਪਏ ਹੈ, MRP 1829 ਹੈ। ਠੀਕ ਹੈ ਜੀ। ਤੇ ਇਹ ਜੁੱਤੀ ਡਿਮਾਂਡ ਵੀ ਤੁਹਾਨੂੰ ਕਾਫੀ ਆਈ ਹੈ? ਮਹਾਰਾਜ ਬਹੁਤ, ਤੇ ਆ ਮੈਂ ਕਹਿੰਦਾ ਜਿੰਨੇ ਘੰਟੇ ਹੁੰਦੇ ਨੇ ਦਿਹਾੜੀ ਚ ਉਸ ਤੋਂ ਵੱਧ ਡਿਮਾਂਡ ਆਈ ਜਾਂਦੀ ਭਾਜੀ। ਉਹਦੀ ਫੋਟੋ ਪਾਓ, ਵੀਡੀਓ ਪਾਓ, ਮੰਗਾਉਣਾ ਮਾਲ, ਬਹੁਤ ਵਧੀਆ ਵੇਚਿਆ ਮਾਲ ਆ। ਹੋਰ ਵੀ ਸਾਰੀ ਆਈਟਮ ਵਾਸਤੇ ਪੂਰੀ ਕਿਰਪਾ ਰਹੀ, ਚਾਹੇ 80 ਵਾਲਾ ਬੂਟ ਸੀ, ਚਾਹੇ 150 ਵਾਲੇ, ਚਾਹੇ 250 ਵਾਲੇ, ਜਾਂ ਹੋਰ ਵੀ ਵਧੀਆ ਆਈਟਮਾਂ ਜੀ ਆ ਰਿਹਾ ਜੀ। ਬਹੁਤ ਵਧੀਆ ਸੇਲ ਨਿਕਲੀ ਤੁਹਾਡੀ ਵੀਡੀਓ ਬਣਨ ਤੋਂ ਬਾਅਦ ਜੀ। ਉਸ ਤੋਂ ਬਾਅਦ ਗਾਹਕ ਵੀ ਸਾਰੇ ਸੈਟਿਸਫਾਈਡ ਗਏ, ਤੇ ਅੱਗੋਂ ਵੀ ਉਮੀਦ ਹੈ ਸਾਰੇ ਇੱਦਾਂ ਹੀ ਖੁਸ਼ ਹੋ ਕੇ ਆਉਣਗੇ ਵੀ ਤੇ ਜਾਣਗੇ ਵੀ, ਤੇ ਵੀਡੀਓ ਦਾ ਆਪਾਂ ਅੰਤ ਕਰਦੇ ਹਾਂ। ਬਿਲਕੁਲ ਜੀ ਬਿਲਕੁਲ, ਮੇਰੀ ਅਰਦਾਸ ਹੈ ਮਹਾਰਾਜ ਨੂੰ ਸਾਰਿਆਂ ਦੇ ਕੰਮਾਂ 'ਚ ਬਰਕਤ ਪਵੇ, ਜਿਹੜੇ ਮਾਲ ਲੈ ਕੇ ਗਏ ਉਹਨਾਂ ਦੇ ਵੀ, ਜਿਹੜੇ ਨਹੀਂ ਲੈ ਕੇ ਗਏ ਜਾਂ ਜਿਹਦਾ ਜੋ ਵੀ ਕੰਮ ਹੈ ਸਾਰੇ ਖੁਸ਼ ਰਹਿਣ ਦੀ। ਠੀਕ ਹੈ, ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਕਿਸੇ ਵੀਰ ਭਰਾ ਨੂੰ ਆਰਟੀਕਲ ਬੂਟਾਂ ਦੇ ਪਸੰਦ ਆਏ ਆ, ਕੰਟੈਕਟ ਨੰਬਰ ਤੁਹਾਨੂੰ ਦੇ ਤਾ ਆ, ਉਹ 'ਤੇ ਤੁਸੀਂ ਵਟਸਐਪ 'ਤੇ ਮੈਸੇਜ ਕਰਕੇ ਆਰਟੀਕਲਾਂ ਦੀਆਂ ਫੋਟੋਆਂ ਮੰਗਵਾ ਸਕਦੇ ਹੋ। ਅਤੇ ਬਾਕੀ ਬਹੁਤੇ ਆਰਟੀਕਲ ਵਿੱਚ ਨਹੀਂ ਦਿਖਾ ਸਕੇ ਕਿਉਂਕਿ ਵੀਡੀਓ ਕਾਫੀ ਲੌਂਗ ਹੋ ਜਾਂਦੀ ਆ, ਅਤੇ ਲੌਂਗ ਵੀਡੀਓ ਜ਼ਿਆਦਾ ਕੋਈ ਦੇਖਦਾ ਨਹੀਂ ਇਸ ਕਰਕੇ। ਅਤੇ ਬਾਕੀ ਜਾਂਦੇ ਜਾਂਦੇ ਕਹਿੰਦੇ ਹਾਂ ਵੀ ਚੰਗੀ ਲੱਗੀ ਕਮੈਂਟ ਕਰਿਓ, ਸ਼ੇਅਰ ਕਰ ਦਿਓ, ਅਤੇ ਮਿਲਦੇ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ 'ਚ। ਤਦ ਤੱਕ ਜੀ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।